ਅੱਜ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ਹੀਦਾਂ ਦੇ ਮਹਾਨ ਸਲਾਨਾ ਬਰਸੇ ਦੇ ਸਮੇਂ ਦੌਰਾਨ ਭਾਈ ਸਾਹਿਬ ਭਾਈ ਅਮਰ ਸ਼ਹੀਦ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ, ਅਮਰ ਸ਼ਹੀਦ ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ, ਅਮਰ ਸ਼ਹੀਦ ਭਾਈ ਸਾਹਿਬ ਭਾਈ ਕੇਹਰ ਸਿੰਘ ਜੀ ਦੇ ਮਹਾਨ ਸ਼ਹਾਦ ਨੂੰ ਸਮਰਪਿਤ ਹੁੰਦੇ ਆਇਆਂ, ਅੱਜ ਸੁੱਚੀ ਕੌਮ ਦੇ ਪ੍ਰਤੀਨਿਧ ਜਮਾਤ ਦੇ ਜਿਹੜੇ ਜਥੇਬੰਦੀਆਂ ਦੇ ਪ੍ਰਤੀਨਿਧ ਨੇ, ਬੜੀ ਵੱਡੀ ਗਿਣਤੀ ਵਿੱਚ ਅੱਜ ਭਾਈ ਸਤਵੰਤ ਸਿੰਘ ਦੇ ਜੱਦੀ ਪਿੰਡ ਨਗਰ, ਜਿੱਥੇ ਹਰ ਸਾਲ ਸਲਾਨਾ ਬਰਸੀ ਉਹਨਾਂ ਦੇ ਪਰਿਵਾਰ ਦੇ ਸਮੁੱਚੇ ਜਥੇਬੰਦੀਆਂ ਸਹਿਯੋਗ ਨਾਲ ਮਨਾਈ ਜਾਂਦੀ ਹੈ, ਉੱਥੇ ਇਕੱਤਰ ਹੋਏ ਆ। ਆਪਣੀ ਸ਼ਰਧਾ, ਆਪਣਾ ਸਤਿਕਾਰ ਅਤੇ ਅਕੀਦਤ ਭੇਟ ਉਹਨਾਂ ਸਾਰਿਆਂ ਨੇ ਕੀਤੀ ਹੈ। ਔਰ ਬੜੀ ਖੁਸ਼ੀ ਦੀ ਗੱਲ ਇਹ ਗੱਲ ਪਤਾ ਲੱਗੀ ਹੈ ਕਿ ਪਿਛਲੇ ਸਾਲ ਇਹਨਾਂ ਮਹਾਨ ਸ਼ਹੀਦਾਂ ਨੂੰ ਦੀ ਯਾਦ ਨੂੰ ਹਮੇਸ਼ਾ ਵਾਸਤੇ ਤਾਜ਼ਾ ਰੱਖਣ ਲਈ ਇੱਕ ਯਾਦਗਾਰ ਹਾਲ ਜਿਹੜਾ ਹੁਣ ਇਸ ਪਿੰਡ ਗੁਰਦੁਆਰਾ ਸਾਹਿਬ ਦੇ ਅਸਥਾਨ ਦੇ ਉੱਤੇ ਜਿਹੜਾ ਸਥਾਪਿਤ ਕੀਤਾ ਜਾ ਰਿਹਾ। ਪਿਛਲੇ ਸਾਲ ਉਹਦਾ ਨੀਂਹ ਪੱਥਰ ਰੱਖਿਆ ਸੀ, ਹੁਣ ਉਹਦੇ ਇੱਕ ਪਹਿਲੀ ਮੰਜ਼ਿਲ ਦਾ ਲੈਂਟਰ ਪਾ ਚੁੱਕਾ, ਔਰ ਇਸ ਤੋਂ ਬਾਅਦ ਇਸ ਦੇ ਉੱਤੇ ਦਰਬਾਰ ਹਾਲ ਜਿਹੜਾ ਉਹ ਨਵਾਂ ਬਣਾਉਣ ਦਾ ਪ੍ਰੋਗਰਾਮ ਪੰਥ ਦਾ ਬਣਿਆ। ਔਰ ਮੈਂ ਆਪਣੇ ਵੱਲੋਂ ਜਾਤੀ ਤੌਰ 'ਤੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਿਕਾਰ ਦੇ ਪ੍ਰਧਾਨ ਸਾਹਿਬ ਵੱਲੋਂ ਇਹ ਬੇਨਤੀ ਕਰਦਾ ਸਾਰੀਆਂ ਜਥੇਬੰਦੀਆਂ ਨੇ, ਸਾਰੇ ਸਿੱਖ ਆਵਾਮ ਨੂੰ, ਕਿ ਆਪਣੀ ਵਿੱਤ ਸਮਰੱਥਾ ਮੁਤਾਬਕ ਜਿੰਨਾ ਵੱਧ ਤੋਂ ਵੱਧ ਉਹਨਾਂ ਮਹਾਨ ਸ਼ਹੀਦਾਂ ਦੇ ਇਸ ਬਣ ਰਹੀ ਯਾਦਗਾਰ ਦੇ ਸੰਬੰਧ ਵਿੱਚ ਸੇਵਾ ਕਰ ਸਕਦੇ ਆ, ਤਨ ਕਰਕੇ ਮਨ ਕਰਕੇ ਧਨ ਕਰਕੇ ਚੜ੍ਹਦੀ ਕਲਾ ਨਾਲ ਸੇਵਾ ਕਰਨ। ਔਰ ਇਹ ਜਿਹੜੀਆਂ ਯਾਦਗਾਰਾਂ ਨੇ ਹਮੇਸ਼ਾ ਕੌਮ ਨੂੰ ਸੱਚਣ ਦੀ ਅਗਵਾਈ ਦਿੰਦੀਆਂ, ਜਿਹੜੀਆਂ ਮਾਰਗ ਦਰਸ਼ਕ ਮੰਨਦੀਆਂ ਨੇ, ਔਰ ਨੌਜਵਾਨ ਉਹਨਾਂ ਨੇ ਬੜੀ ਵੱਡੀ ਸਿੱਖਿਆ ਪ੍ਰਾਪਤ ਹੁੰਦੀ ਹੈ। ਇਸ ਵਾਸਤੇ ਇਹਨਾਂ ਯਾਦਗਾਰਾਂ ਨਾਲ ਪੰਥ ਨੂੰ ਜੁੜੇ ਰਹਿਣਾ ਚਾਹੀਦਾ, ਔਰ ਪੰਥ ਦੇ ਸਹਿਯੋਗ ਦੇ ਨਾਲ ਹੀ ਵੱਡੇ ਜਿਹੜੇ ਕਾਰਜ ਜਿਹੜੇ ਸਿਰੇ ਚੜ੍ਹਦੇ ਪ੍ਰਵਾਨ ਚੜ੍ਹਦੇ ਆ। ਇਸ ਵਾਸਤੇ ਦਿਲ ਖੋਲ੍ਹ ਕੇ ਚੜ੍ਹਦੀ ਕਲਾ ਨਾਲ ਜਿਹਨੂੰ ਸਤਿਗੁਰੂ ਨੇ ਬਹੁਤ ਕੁਝ ਦਿੱਤਾ, ਉਹ ਉਹਨੇ ਵੱਡੇ ਹਿਰਦੇ ਦੇ ਨਾਲ ਇੱਥੇ ਸੇਵਾ ਇਸ ਸੰਸਥਾਨ ਦੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।